ਜੀ ਆਇਆਂ ਨੂੰ ਪਿਆਰੇ ਦਰਸ਼ਕੋ ਦਿਮਾਗੀ ਕਸਰਤ ਦੇ ਇੱਕ ਹੋਰ ਸਵਾਲ ਵਿੱਚ ਸਾਰਿਆਂ ਦਾ ਨਿੱਘਾ ਸਵਾਗਤ ਹੈ ਇਹ ਸਵਾਲ ਵੀ ਸਮਾਂ ਗਤੀ ਅਤੇ ਦੂਰੀ ਨਾਲ ਸੰਬੰਧਿਤ ਹੈ ਸਵਾਲ WhatsApp ਗਰੁੱਪ ਵਿੱਚ ਪਾਇਆ ਗਿਆ ਸੀਗਾ ਗਰੁੱਪਸ ਵਿੱਚ ਤੇ ਸਿਰਫ ਚਾਰ ਜਵਾਬ ਸਹੀ ਆਏ ਕਿ ਜਵਾਬ ਨਹੀਂ ਆਏ ਤੇ ਕੁਝ ਗਲਤ ਵੀ ਆਏ ਸੋ ਆਓ ਦੇਖੀਏ ਸਵਾਲ ਨੂੰ ਅਸੀਂ ਕਿਵੇਂ ਕਰਨਾ ਹੈ ਇਸ ਤੋਂ ਪਹਿਲੇ ਕਿ ਸਵਾਲ ਅਸੀਂ ਪੂਰਾ ਪੜ ਲੈਂਦੇ ਹਾਂ ਇੱਕ ਵਾਰ ਦੁਬਾਰਾ ਇੱਕ ਬੱਸ 50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚਲਦੀ ਹੈ। ਸਵਾਰੀਆਂ ਨੂੰ ਚੜਾਉਣ ਉਤਰਾਉਣ ਲਈ ਰੁਕਣ ਕਰਕੇ ਉਸ ਦੀ ਔਸਤ ਗਤੀ 42.5 ਕਿਲੋਮੀਟਰ ਪ੍ਰਤੀ ਘੰਟਾ ਬਣਦੀ ਹੈ। ਬੁੱਝੋ ਇਹ ਘੰਟੇ ਵਿੱਚ ਬੱਸ ਕਿੰਨੇ ਮਿੰਟ ਰੁਕਦੀ ਹੈ? ਇਹ ਸਵਾਲ 8ਵੀਂ ਜਮਾਤ ਦੀ ਪੱਧਰ ਦਾ ਹੈ। 8th ਕਲਾਸ ਦੇ ਲੈਵਲ ਦਾ ਸਵਾਲ ਹੈਗਾ। ਸੋ ਤੁਸੀਂ ਵੀਡੀਓ ਨੂੰ ਪਾਜ਼ ਕਰੋ ਅਤੇ ਇਸ ਸਵਾਲ ਨੂੰ ਆਪ ਕਰਨ ਦਾ ਯਤਨ ਕਰੋ। ਅਤੇ ਮਗਰੋਂ ਦੀ ਪੂਰਾ ਵੀਡੀਓ ਦੇਖ ਕੇ ਆਪਣੇ ਜਵਾਬ ਦਾ ਮਿਲਾਨ ਕਰੋ ਜੀ ਸੋ ਆਓ ਦੇਖਿਓ ਦੇਖਿਏ ਇਸ ਸਵਾਲ ਨੂੰ ਅਸੀਂ ਕਿਵੇਂ ਕਰਨਾ ਹੈ ਮਨ ਲੋ ਬੱਸ ਰੁਕਦੀ ਹੈ ਬਰਾਬਰ t ਘੰਟੇ ਕਿਉਂਕਿ ਗਤੀ ਕਿਲੋਮੀਟਰ ਪ੍ਰਤੀ ਘੰਟਾ ਵਿੱਚ ਹੈ ਇਸ ਕਰਕੇ ਸਮਾਂ ਅਸੀਂ ਘੰਟਿਆਂ 'ਚ ਲਵਾਂਗੇ ਪਹਿਲੇ ਤੇ ਬਾਅਦ 'ਚ ਫਿਰ ਇਹਨੂੰ ਮਿੰਟਾਂ 'ਚ ਤਬਦੀਲ ਕਰ ਦਾਂਗੇ ਇਸ ਲਈ ਬੱਸ ਚੱਲੀ ਬਰਾਬਰ 1 t ਘੰਟੇ ਕਿਉਂਕਿ 1 ਘੰਟੇ ਦੀ ਗੱਲ ਹੋ ਰਹੀ ਹੈ ਤੇ ਉਹ ਚੁੱਭਸ ਰੁਕਦੀ ਹੈ ਤੇ ਇਹਦਾ ਮਤਲਬ ਕਿ ਉਹ ਸਮਾਂ ਕੱਢ ਕੇ 19 ਦੇਰ ਲਈ ਬੱਸ ਚੱਲੀ ਸੋ ਬੱਸ ਨੇ ਦੂਰੀ طے ਕੀਤੀ ਦੂਰੀ ਬਰਾਬਰ ਗਤੀ ਗੁਣਾ ਸਮਾਂ ਸੋ ਗਤੀ 50 ਕਿਲੋਮੀਟਰ 1 t ਕਿਲੋਮੀਟਰ ਠੀਕ ਹੈ ਜੀ ਹੁਣ ਦੂਜੇ ਪਾਸੇ ਔਸਤ ਗਤੀ ਹੁੰਦੀ ਹੈ ਕੁੱਲ ਦੂਰੀ ਕੁੱਲ ਸਮਾਂ ਸੋ ਔਸਤ ਗਤੀ ਹੈ 42.5 ਬਰਾਬਰ ਕੁੱਲ ਦੂਰੀ ਤੇ ਕੁੱਲ ਸਮਾਂ ਹੈਗਾ 1 ਘੰਟੇ 'ਚ ਕਿਉਂਕਿ ਉਹਨੇ 1 ਘੰਟੇ ਵਿੱਚ ਉਹਦੀ ਔਸਤ ਗਤੀ ਬਿਆਲੀ ਵੈਂਟ ਪਾ ਜਾਂਦੀ ਹੈ ਹੁਣ ਕੁੱਲ ਦੂਰੀ ਉੱਪਰ ਦੇਖੋ ਕਿੰਨੀ ਸੀਗੀ 50 ਗੁਣਾ 1.50 ਗੁਣਾ ਬ੍ਰੈਕਟ 'ਚ 1 t ਸੋ ਕੁੱਲ ਦੂਰੀ ਦੀ ਥਾਂ ਸੀ 50 ਗੁਣਾ 1 t ਪਾ ਦਿੱਤਾ ਤੇ /1 ਸੋ ਇਹਦਾ ਮਤਲਬ ਕਿ /1 ਤੇ ਕੋਈ ਫਰਕ ਨਹੀਂ ਪਏਗਾ ਉਹੀ ਚੀਜ਼ ਆ ਜਾਏਗੀ ਹੈਨਾ ਸੋ ਅੱਗੇ ਚੱਲੀਏ ਸੋ 42.5 50 ਗੁਣਾ 1 t ਉਹ ਜੋ /1 ਸੀ ਉਹ ਉੱਡ ਗਿਆ ਖਤਮ ਹੋ ਗਿਆ ਉਹ ਸੋ 42.5 ਬ੍ਰੈਕਟ ਖੋਲਤਾ 50 ਗੁਣਾ 1.50 -50t -50t ਖੱਬੇ ਪਾਸੇ ਆ ਗਿਆ 50t ਹੋ ਗਿਆ ਪੋਜ਼ਿਟਿਵ ਤੇ 50 ਥੱਲੇ ਸੱਜੇ ਪਾਸੇ ਰਿਹਾ ਤੇ 42.5 ਸੱਜੇ ਪਾਸੇ ਆ ਗਿਆ 50 42.5 ਸੋ 50 ਚੋਂ 42.5 ਗਿਆ ਤੇ ਆ ਗਿਆ 7.5 ਤੇ 50 ਜਿਹੜਾ ਖੱਬੇ ਪਾਸੇ ਉਹ ਥੱਲੇ ਆ ਜਾਏਗਾ ਸੋ t ਬਰਾਬਰ ਹੋ ਗਿਆ 7.5 50 7.5 ਨੂੰ 50 ਨਾਲ ਭਾਗ ਕਰਾਂਗੇ ਤਾਂ ਆ ਜਾਏਗਾ 0.15 ਸੋ t ਆ ਗਿਆ 0.15 ਘੰਟੇ ਹੁਣ 1 ਘੰਟੇ 'ਚ 60 ਮਿੰਟ ਹੁੰਦੇ ਨੇ ਸੋ 0.15 60 15 6 90 ਸੋ ਦੋ ਤੋਂ ਬਾਅਦ ਦਸ਼ਮਲਵ ਹੈ ਗਿਆ ਦੋ ਜ਼ੀਰੋ ਹੈਗੇ ਨੇ ਸੋ 9 ਮਿੰਟ 0.15 60 9 ਮਿੰਟ ਅਰਥਾਤ ਬਸ 1 ਘੰਟੇ ਵਿੱਚ 9 ਮਿੰਟ ਲਈ ਰੁਕਦੀ ਹੈ ਸੋ ਬੜਾ ਸਿੰਪਲ ਸਿੱਧਾ ਪਧਰਾ ਹੈ ਸਵਾਲ ਸਿਗਾ ਹੋਈ ਸਵਾਲ ਨੇ ਖੋਟ ਅੰਗਣਾ ਵੀ ਕਰਦੇ ਆਂ ਇਹ ਸਵਾਲ ਇੱਕੋ ਢੰਗ ਨਾਲ ਵੀ ਕੀਤਾ ਜਾ ਸਕਦਾ ਹੈ ਸਾਨੂੰ ਦੋਨੋਂ ਢੰਗ ਸਿੱਖਣੇ ਚਾਹੀਦੇ ਨੇ ਕੋਈ ਬਹੁਤਾ ਫਰਕ ਨਹੀਂ ਹੈਗਾ ਪਰ ਉਹ ਦੇਖੀਏ ਕਿ ਸਿਧਾਂਤ ਹੈ ਉਹ ਸਿਧਾਂਤ ਹੈ ਵੀ ਕਿ ਜ਼ਿਆਦਾ ਗਤੀ ਥੋੜਾ ਸਮਾਂ ਇਹ ਤਾਂ ਕੁਦਰਤੀ ਗੱਲ ਹੈ ਜੇ ਮੈਂ ਤੇਜ਼ ਜਾਵਾਂਗਾ ਮੈਨੂੰ ਘੱਟ ਸਮਾਂ ਲੱਗੇਗਾ ਤੇ ਥੋੜੀ ਗਤੀ ਜੇ ਮੈਂ ਹੌਲੀ ਜਾਵਾਂਗਾ ਤੇ ਮੈਨੂੰ ਜ਼ਿਆਦਾ ਸਮਾਂ ਲੱਗੇਗਾ ਸੋ ਜਦੋਂ ਇਹ ਦੋ ਰਾਸ਼ੀਆਂ ਹੋਣ ਇੱਕ ਜਦ ਵਧ ਰਹੀ ਹੋਵੇ ਤੇ ਦੂਜੀ ਘਟੇ ਤੇ ਉਸ ਨੂੰ ਕਿੰਨੇ ਆ ਇਨਵਰਸ ਪ੍ਰੋਪੋਰਸ਼ਨ ਉਲਟ ਅਨੁਪਾਤ ਠੀਕ ਹੈ ਜੀ ਸੋ ਇਹ ਕੇਸ ਹੈਗਾ ਉਲਟ ਅਨੁਪਾਤ ਦਾ ਤੇ ਜਦੋਂ ਹਲੋ ਉਲਟ ਅਨੁਪਾਤ ਹੋਵੇ ਤੇ ਅਸੀਂ ਕੀ ਕਰੀਦਾ ਅਸੀਂ ਵਿਰਿੱਧਾ ਕਰਦੇ ਹਾਂ S1 T1 S2 T2 ਠੀਕ ਹੈ ਜੀ ਇਹਨਾਂ ਨੂੰ ਕੀ ਇਨਵਰਸ ਪ੍ਰੋਪੋਰਸ਼ਨ ਜਿੱਦਾਂ ਕਹਿੰਦੇ ਆ ਇੱਕ ਹੁੰਦਾ ਡਾਇਰੈਕਟ ਪ੍ਰੋਪੋਰਸ਼ਨ ਉਹ ਚ ਅਸੀਂ ਕਰਦੇ ਨੇ S1 T1 ਜੇ ਇੱਕ ਰਾਸ਼ੀ ਵਧਣ ਨਾਲ ਦੂਜੀ ਰਾਸ਼ੀ ਵਧੇ ਅਸੀਂ ਉਹਨੂੰ ਕਹਿੰਦੇ ਆ ਡਾਇਰੈਕਟ ਪ੍ਰੋਪੋਰਸ਼ਨ ਪਰ ਇਹ ਇਨਵਰਸ ਪ੍ਰੋਪੋਰਸ਼ਨ ਹੈ ਸੋ ਡਾਇਰੈਕਟ ਪ੍ਰੋਪੋਰਸ਼ਨ ਵਿੱਚ ਅਸੀਂ ਭਾਗ ਕਰਦੇ ਹਾਂ ਇਨਵਰਸ ਪ੍ਰੋਪੋਰਸ਼ਨ ਵਿੱਚ ਅਸੀਂ ਗੁਣਾ ਕਰਦੇ ਹਾਂ ਸੋ so S1 T1 S2 T2 ਸੋ so S1 ਸਾਨੂੰ ਕੋ 50 ਹੈਗਾ ਜੋ ਦਿੱਤਾ ਹੈ ਪਹਿਲੇ ਉਹਨਾਂ ਨੇ ਤੇ T1 ਸਾਨੂੰ ਪਤਾ ਨਹੀਂ ਕਿ ਕਿੰਨੇ ਮਿੰਟ ਰੁਕਦੀ ਸਾਨੂੰ ਪਤਾ ਨਹੀਂ ਉਹਨੇ ਕਿੰਨੇ ਮਿੰਟ ਇਹ ਕਿੰਨੇ ਘੰਟੇ ਬੱਸ ਚਲਾਈ ਅਸਲ ਵਿੱਚ ਇੱਕ ਘੰਟੇ 'ਚ ਕਿੰਨਾ ਚਲਾਈ ਨਹੀਂ ਪਤਾ ਤੇ ਦੂਜੇ 'ਚ 42.5 ਔਸਤ ਸਪੀਡ ਆ ਰਹੀ ਹੈ 1 ਘੰਟੇ ਦੀ ਯਾਨੀ ਵੀ 1 ਘੰਟੇ ਇਹ ਦਮ ਲੈ ਵਾ ਕਿ ਜੇ 42.5 ਦੀ ਸਪੀਡ ਤੇ 1 ਘੰਟਾ ਲਗਾਤਾਰ ਚਲਾਉਂਦਾ ਤੇ ਉਹਨੇ ਉਨੀ ਦੂਰੀ ਤੈਅ ਕਰਨੀ ਸੀ ਇਹਦਾ ਮਤਲਬ ਹੈਗਾ ਸੋ 42.5 1 ਹੁਣ t1 ਬਰਾਬਰ ਕੀ ਹੋ ਜਾਏਗਾ t1 ਹੋ ਜਾਏਗਾ 42.5 1 ਤੇ 42.5 ਜਾਂਦਾ ਤੇ ਬਟਾ 50 ਆ ਜਾਏਗਾ ਅਰਥਾਤ t1 ਆ ਗਿਆ ਸਿੱਧਾ 0.85 ਘੰਟੇ ਸੋ 0.85 ਨੂੰ ਅਸੀਂ ਘੰਟੇ ਨੂੰ ਅਸੀਂ ਮਿੰਟ ਵਿੱਚ ਤਬਦੀਲ ਕਰਨਾ ਹੈ ਤੇ 60 ਨਾਲ ਕਰ ਦਾਂਗੇ ਸੋ t1 ਬਰਾਬਰ ਹੋ ਗਿਆ 0.85 60 51 ਮਿੰਟ ਅਰਥਾਤ ਉਸ ਬੰਦੇ ਨੇ ਡਰਾਈਵਰ ਨੇ ਬੱਸ ਜਿਹੜੀ ਹੈ 51 ਮਿੰਟ ਲਈ ਚਲਾਈ ਜੇ 1.51 ਮਿੰਟ ਲਈ ਚਲਾਈ ਤੇ ਮਨ ਲਗੀ ਹੋਇਆ 60 ਚੋਂ 51 ਘਟਾ ਦੋ 9 ਆ ਗਿਆ ਅਰਥਾਤ ਬਸੇ ਘੰਟੇ ਵਿੱਚ 51 ਮਿੰਟ ਲਈ ਚੱਲੀ ਜਾਂ ਬਸੇ ਘੰਟੇ ਵਿੱਚ 60 51 9 ਮਿੰਟ ਲਈ ਰੁਕੀ ਸੋ ਪਿਆਰੇ ਦਰਸ਼ਕੋ ਬੜਾ ਆਸਾਨ ਸਿੱਧਾ ਪਧਰਾ ਸਵਾਲ ਸੀਗਾ ਸੋ ਸਾਨੂੰ ਇਦਾਂ ਦੇ ਸਵਾਲ ਕਰਦੇ ਰਹਿਣਾ ਚਾਹੀਦਾ ਹੈ ਇਹਦੇ ਨਾਲ ਦਿਮਾਗ ਸਾਡਾ ਵਿਕਸਿਤ ਹੁੰਦਾ ਹੈ ਨਾਲੇ ਸਾਡੀ ਜਨਰਲ ਨੌਲੇਜ ਕਾਮਨ ਸੈਂਸ ਜਿਹੜੀ ਹੈ ਜੋ ਇੱਕ ਤਰਕਰਨ ਦੀ ਸਾਡੀ ਜੋ ਬਿਰਤੀ ਹੈ ਉਹ ਬਣੀ ਰਹਿੰਦੀ ਹੈ ਇਹ ਚੀਜ਼ਾਂ ਸਾਡੀ ਜ਼ਿੰਦਗੀ ਵਿੱਚ ਹਰ ਪੜਾ ਤੇ ਹਰ ਲੈਵਲ ਤੇ ਸੋਚਣ ਵਿੱਚ ਫੈਸਲੇ ਲੈਂਗੁਏਜ ਕਮ ਆਉਂਦੀਆਂ ਨੇ ਸੋ ਇਸ ਤਰ੍ਹਾਂ ਦੇ ਸਵਾਲ ਕਰਦੇ ਰਿਹਾ ਕਰੋ ਹੋਰ ਸਵਾਲ ਇਹੋ ਜਿਹੇ ਮੈਂ ਅਗਲੇ ਸਮੇਂ ਵਿੱਚ ਲੈ ਕੇ ਆਵਾਂਗਾ ਤੇ ਜਦੋਂ ਸਮਾਰ ਗਤੀ ਦੇ ਸਾਰੇ ਸਵਾਲਾਂ ਦੀ ਸੰਭਾਵਨਾ ਖਤਮ ਹੋ ਜਾਣੀਏ ਫਿਰ ਕੋਈ ਹੋਰ ਵਿਸ਼ਾ ਲੈ ਕੇ ਅਸੀਂ ਸਵਾਲ ਬਣਾਵਾਂਗੇ ਸੋ ਵਿਦਿਆ ਨਾਲ ਬੁਜ਼ਾਰਤਾਂ ਨਾਲ ਇਸ ਤਰ੍ਹਾਂ ਦੇ ਪਜ਼ਲਸ ਨਾਲ ਤੇ ਆਪਣਾ ਗਣਿਤ ਦੇ ਸਿਧਾਂਤਾਂ ਨਾਲ ਅਤੇ ਗੁਰਬਾਣੀ ਨਾਲ ਜੁੜੇ ਹੋਏ ਹੋਰ ਰੋਚਕ ਅਤੇ ਗਿਆਨ ਭਰਪੂਰ ਵੀਡੀਓਜ਼ ਵੇਖਣ ਲਈ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਨਾਲ ਦੇ ਨਾਲ ਵੀਡੀਓਜ਼ ਨੂੰ ਲਾਈਕ ਕਰਨਾ ਅਤੇ ਸ਼ੇਅਰ ਕਰਨਾ ਨਾ ਭੁੱਲਿਓ। ਬੜਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਰੱਬ ਰੱਖਾ।